वेलकम टू बैक। सतवीर ली दोबारे लाइव हुए हैं जी। सतवीर कहना फाइनल लुक च आया मैं, यार तू चल गया। वेट करते हैं सतवीर कित है। औजला साहब रिक्वेस्ट भेजो जल्दी हूँ। औजला साहब थोड़ा वेट कर लियो, जगजीत भाई फिर देने लाइन च। जगजीत भाई ना कर दें। जगजीत भाई मैं रिक्वेस्ट भेज रहा थोनू। भाई खनी फाइनल लुक किसे है खनी नहीं है। औजला साहब करो चेक माड़ा जिहा। स्पेशल तैयार हो गया आया लगता मैनूं हुण तो। होर फाइनल लुक किहो नहीं सीगा। ठीक हो वीरे? वधिया वीरे वधिया, तुसीं सुणाओ किवें? ठीक ठाक सारा कुछ वधिया। मैं कहा चल दुबारे स्पेशल लाइव होया देख लैणो तेरे वास्ते। हुण तूं गर्व गल्लबात दस सारिआं नूं, टीजर आ गिआ जी ते बाकी गाणा कल आ रिहा। फर्स्ट कट सी जिहड़ा ओह वेख्या तूं, बाकी उहदों बाद बहुत चीजां चेंज हो गईआं फिलहाल। तां किवें लगी तेरी बहुत घैंट आ वीरे, स्टोरी लाइन हो गई, थोड़ी एक्टिंग हो गई, बाकी सारिआं दे कम्म घैंट लगा मैनूं बहुत ज्यादा। हां ओह तां चीज़ वधिया, मेरी एक्टिंग वधिया सी ना, थोड़ी तां वधिया ਵਾਲੀ ਲੁੱਕ ਸੀ ਜਿਹੜੀ ਉਹ ਕਿਵੇਂ ਲੱਗੀ? ਪੱਗਾਂ ਪੁੱਗਾਂ ਬੰਨ ਕੇ ਸਾਰੇ ਟਰਾਈ ਕਰ ਰਹੇ ਸੀ। ਉਦੋਂ ਟਰਾਈ ਕੀਤਾ, ਉਹ ਕਹਿੰਦੇ ਵਧੀਆ ਲੱਗ ਰਹੀ ਆ ਸਾਰਿਆਂ ਨੂੰ ਲੱਗਿਆ ਨਾ। ਤਾਂ ਉਦੋਂ ਅਸੀਂ ਡਿਸਾਈਡ ਕੀਤਾ ਸੀ ਕਿ ਮੂਵੀ ਚ ਪੱਗ ਬੰਨ ਕੇ ਆਵਾਂਗੇ, ਇੱਕ ਦੋ ਸੀਨ ਪਾਵਾਂਗੇ। ਫਿਰ ਉਹ ਵਧੀਆ ਲੱਗੀ, ਸਾਡੇ ਭਾਜੀ ਡਾਇਰੈਕਟਰ ਸਾਹਿਬ ਧੀਰਜ ਭਾਜੀ ਕਹਿੰਦੇ ਸੀਨ ਥੋੜੇ ਵੱਧ ਪਾਵਾਂਗੇ। ਮੂਵੀ ਬਸ ਥੋੜੇ ਟਾਈਮ ਰਹਿ ਗਿਆ, ਹੁਣ ਆਪਾਂ ਪ੍ਰਮੋਸ਼ਨਾਂ ਸ਼ੁਰੂ ਕਰਨੀਆਂ ਨੇ। ਹੁਣ ਟ੍ਰੇਲਰ ਆ ਜਾਣਾ ਜਲਦੀ, ਮੈਨੂੰ ਲੱਗਦਾ ਮੇ ਬੀ 26 ਨੂੰ ਕਰਦੀ ਜਾਂ ਅੱਗੇ ਪਿੱਛੇ ਲਾਗੇ ਸ਼ਾਗੇ ਹੋ ਸਕਦਾ, ਉਹਦੀ ਅਪਡੇਟ ਦੇ ਦਾਂਗੇ। ਬਾਕੀ ਉਹਨਾਂ ਟਾਈਮ ਇੱਕ ਗਾਣਾ ਆਪਾਂ ਕੱਲ ਪਾ ਲੈਣਾ, ਇੱਕ ਅੱਧੇ ਗਾਣੇ ਦੀ ਹੋਰ ਅਪਡੇਟ ਜਲਦੀ ਦੇ ਦਾਂਗੇ ਨਾ, ਲੰਬ ਉਠਾ ਲੈਣਾ ਆਪਾਂ। ਸਾਡੇ ਐਕਟਰਸ ਵੀ ਆ ਗਈਆਂ ਸਾਡੇ ਰੁਕਸਾਰ ਢਿੱਲੋਂ ਜੀ। ਹੈਲੋ 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 ਜੀ, ਕਿਵੇਂ ਹੋ? ਬੱਲਾ ਦਾ ਵਧੀਆ ਨੀ, ਜੇ ਤੁਸੀਂ ਚਾਹੁੰਦੇ ਹੋ ਵੀ ਮੈਂ ਕਹਿੰਦਾ ਜੀ ਤੁਸੀਂ ਆਪਣੇ ਕੋ-ਸਟਾਰ ਨਾਲ ਜ਼ਿਆਦਾ ਗੱਲਾਂ ਕਰੋ, ਉਹਨਾਂ ਨੂੰ ਜ਼ਿਆਦਾ ਨਹੀਂ, ਕੋ-ਸਟਾਰ ਨਾਲ ਸਪੈਸ਼ਲ ਲਾਈਵ ਹੋਵਾਂਗੇ ਕਿਸੇ ਦਿਨ। ਹੁਣ ਹੋ ਸਕਦਾ ਉਹ ਵੀ ਆਪਣੀ ਫਸਟ ਉਹ ਜ ਲੁੱਕ ਚ ਨਾ ਹੋਣ। ਇਹ ਵੀ ਆ, ਨੀ ਮੈਂ ਤਾਂ 2 ਮਿੰਟ ਚ ਹੋ ਗਿਆ, ਉਹਨਾਂ ਨੂੰ ਟਾਈਮ ਲਾ ਜੂ। ਹਾਂ ਉਹਨਾਂ ਨੂੰ ਟਾਈਮ ਲਾ ਜੀ। ਹੋਰ ਠੀਕ ਠਾਕ, ਤੇ ਬਾਕੀ ਸਾਰਿਆਂ ਨੂੰ ਕਰ ਦੱਸ ਦੇ ਵੀ ਹਾਂ ਬਾਈ 21 ਜੁਲਾਈ ਨੂੰ ਮੂਵੀ ਆ ਜਾਣੀ ਆ। 21 ਜੁਲਾਈ ਨੂੰ ਫਿਲਮ ਮਾਰੀ ਹੈ ਗੁਰੀ ਵੀਰੇ ਦੀ ਤਫੰਗ, ਤੇ ਸਟੋਰੀ ਲਾਈਨ ਤੋਂ ਲੈ ਕੇ ਐਕਟਿੰਗ ਤੋਂ ਲੈ ਕੇ ਗਾਣਿਆਂ ਤੋਂ ਲੈ ਕੇ ਸਾਰਾ ਕੁਝ ਬਾਬੂ ਨਾਲ ਐਤਕੀ। ਸੋ ਤੇ ਸਸਪੈਂਸ ਵੀ ਸਾਰਾ ਕੁਝ ਹੈ, ਕੁਝ ਡਿਫਰੈਂਟ ਕੀ ਆ ਨਮ ਮੂਵੀ ਚ, ਪੰਜਾਬੀ ਮੂਵੀ ਚ? ਪਹਿਲਾਂ ਤਾਂ ਮੇਰਾ ਕੈਰੈਕਟਰ ਹੀ ਆ ਜਿਹੜਾ ਤੁਸੀਂ ਕਦੇ ਨਹੀਂ ਵੇਖਿਆ ਜਿੱਦਾਂ ਦਾ ਲਾਈਕ ਆ। ਪਹਿਲਾਂ ਤਾਂ ਮੈਂ ਆਪਣਾ ਦੱਸਦਾ, ਮੇਰਾ ਕੈਰੈਕਟਰ ਹੀ ਆ ਜਿਹੜਾ ਜਿੱਦਾਂ ਦੇ ਆਪਾਂ ਹੁੰਦੇ ਆ ਯਾਰ ਪਿੰਡ ਵਾਲੇ ਨਾ, ਉਦੋਂ ਦਾ ਕੈਰੈਕਟਰ ਆ ਜਿਵੇਂ ਹਨਾ, ਜਿੱਦਾਂ ਤੁਸੀਂ ਸਿਕੰਦਰ ਚ ਵੇਖਿਆ ਸੀਗਾ ਉਹਦੇ ਨਾਲ ਸਿਮਿਲਰ ਆ। ਉਹਦੇ ਵਾਸਤੇ ਥੋੜਾ ਜਿਹਾ ਬਚਪਨਾ ਸੀਗਾ,
ਟੀਨੇਜਰ ਸੀ ਜੇ ਥੋੜਾ ਜਿਹਾ ਮੈਚਿਓਰ ਆ ਆ ਫਰਕ ਹੈ ਬਾਕੀ ਬੜੀਆਂ ਵਧੀਆ ਵਧੀਆ ਹੋਰ ਵੀ ਤੁਹਾਨੂੰ ਚੀਜ਼ਾਂ ਜਦੋਂ ਤੁਸੀਂ ਮੂਵੀ ਦੇਖੋਗੇ ਤੁਹਾਨੂੰ ਲੱਗੂਗਾ ਕਿ ਬਹੁਤ ਕੁਛ ਡਿਫਰੈਂਟ ਆ ਪੰਜਾਬੀ ਮੂਵੀ 'ਚ ਚੇਂਜ ਆ ਰਿਹਾ ਕੁਛ ਵੀ ਜੋ ਲੱਗੂਗਾ ਤੁਹਾਨੂੰ ਵੀ ਹਾਂ ਡਿਫਰੈਂਟ ਐਕਸ਼ਨ ਵੀ ਲੈਵਲ ਤੇ ਜੀ, ਐਕਸ਼ਨ ਮੂਵੀ। ਵੀ ਬਹੁਤ ਘੈਂਟ ਆ ਵੀਰੇ, ਫਿਲਮ ਦਾ ਐਕਸ਼ਨ ਵੀ ਬੜਾ ਘੈਂਟ ਆ। ਹਾਂ ਜੈਨੂਅਨ ਜਿਹਾ ਐਕਸ਼ਨ ਆ, ਬਾਕੀ ਸ਼ਾਮ ਕੌਸ਼ਲ ਜੀ ਨੇ ਐਕਸ਼ਨ ਕੀਤਾ ਵਧੀਆ ਹੋਣਾ। ਸਾਰਾ ਸਾਰਾ ਕੁਝ, ਸਾਰਾ ਕੁਝ ਘੈਂਟ ਆ ਏ ਟੂ ਜ਼ੈਡ। ਮਤਲਬ ਟਾਈਮ ਟੂ ਟਾਈਮ, ਮਤਲਬ ਪੁਆਇੰਟ ਟੂ ਪੁਆਇੰਟ ਹਰ ਚੀਜ਼ ਘੈਂਟ ਆ ਉਹਦੇ ਚ, ਜਿੱਥੇ ਜਿੰਨੀ ਚੀਜ਼ ਹੋਣੀ ਚਾਹੀਦੀ ਹੈ, ਜਿੰਨੀ ਮਾਤਰਾ ਚ ਹੋਣੀ ਚਾਹੀਦੀ ਹੈ ਪੂਰੀ ਆ। ਪੈਸਾ ਚਲੋ ਵਸੂਲ ਬਾਕੀ। ਫਿਲਮ ਹੋਊਗੀ। ਹਾਂ ਹੁਣ ਗੱਲਾਂ ਬਾਤਾਂ ਹੋਰ ਕੁਛ, ਤੂੰ ਗਾਣਾ ਗੁਣਾ ਸੁਣਾਉਣਾ, ਗਾਣਾ ਗੁਣਾ ਸੁਣਾ ਦੇ ਸਾਰਿਆਂ ਨੂੰ। ਮੈਂ ਤਾਂ ਨਹੀਂ ਮੈਂ ਲਾਈਵ ਵੀ ਕੱਟ ਚਲੇ, ਮੈਂ ਤੇਰੇ ਵਾਸਤੇ ਆਇਆ 2 ਮਿੰਟ ਦੇ ਦੁਬਾਰਾ। ਦਿਓ, ਹੈ ਮੈਨੂੰ 2 ਮਿੰਟ ਦੇ ਦਿਓ ਭਾਜੀ, ਮੈਂ ਗਾਣਾ ਸੁਣਾਉਣਾ ਚਾਹੁੰਦਾ। ਰੁਕ ਜਾਂਦੇ ਆ, ਰੁਕ ਜਾਂਦੇ ਫਿਰ ਜੇ ਨਹੀਂ ਕੱਟ ਕਰਦੇ ਚੱਲੇ ਨੇ ਗਾਣਾ ਸੁਣਾ ਜਾਏਗਾ। ਤੇ ਉਹ ਨਹੀਂ ਕਹਿੰਦੇ ਹੁੰਦੇ ਕਿ ਭਾਜੀ ਮੈਨੂੰ 2 ਮਿੰਟ ਦੇ ਦਿਓ ਬਸ, ਮੈਂ 2 ਮਿੰਟ ਦੱਸ ਦੂੰਗਾ ਤੁਹਾਨੂੰ ਮੈਂ। ਹਾਂ ਸੁਣਾ ਦੋ, ਸੁਣਾ ਦੋ ਫਿਰ ਕਿਹੜਾ ਮੈਨੂੰ ਸੁਣਾਵਾਂ ਦੱਸ ਜੀ, ਕਿੱਦਾਂ। ਤੁਸੀਂ ਦੱਸੋ ਭਾਜੀ ਕਿਹੜਾ ਸੁਣਾਵਾਂ। ਨਵੇਂ ਵਾਲਾ ਰਿਲੀਜ਼ ਹੋ ਗਿਆ ਜੀ ਹੁਣ, ਆ ਨਾ ਜਿਹੜਾ ਹੁਣ ਸੁਣਾ ਦੀ ਮੈਂ, ਆਉਣਾ 19 ਨੂੰ ਆਉਣਾ, ਉਹ ਤਾਂ ਹਲੇ ਕੁਛ ਨਹੀਂ। ਹਲਕਾ ਹਲਕਾ ਸੁਣਾ ਰਿਹਾ ਮੈਂ, ਕੱਲ ਵਾਲੇ ਦੀ ਵੀ ਤਾਂ ਲਾਈਨ ਸੁਣਾਈ ਦਿੱਤੀ ਕਹਿੰਦੇ ਹੈ ਕੱਲਾ ਕਿਹੜਾ ਆਸ਼ਕੀ ਪੈ ਗਿਆ ਨੀ। ਨਹੀਂ ਉਹ ਤੇ ਉਹਦੀ ਹੁੱਕ ਨਹੀਂ ਸੁਣਾਉਂਦੇ ਆਪਾਂ, ਹੁੱਕ ਨਾ ਸੁਣਾ, ਚਲ ਉਦਾਂ ਚਲ ਸ਼ਾਇਰੀ ਸੁਣਾ ਦੇ ਯਾਰ ਤੂੰ, ਉਹ ਛੱਡ। ਹਾਂ ਇੱਕ 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 ਵਾਰੀ ਮੈਨੂੰ ਕਿਸੇ ਵੱਡਾ ਗਰਿਆ ਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਆ ਗਈ ਫਾਈਨਲ ਲੋਕੋ ਕਿਧਰੀ, ਫਾਈਨਲ ਲੁੱਕ ਚਾਹੁੰਦਾ। ਹਾਂਜੀ ਬਲੈਕ, ਉਹ ਕਹਿੰਦਾ 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 ਮੈਂ ਬਲੈਕ ਪਾਈ ਬੈਠਾ, ਕਹਿੰਦਾ ਮੈਂ ਬਲੈਕ ਪਾ ਕੇ ਆਉਣਾ ਸੀਗਾ। ਹਾਂਜੀ ਕਹਿੰਦਾ ਕਹਿੰਦਾ ਮੈਨੂੰ ਕਿਸੇ ਨੇ ਕਿਹਾ ਆਪਣੀ ਲਿਖੀ ਸਭ ਤੋਂ ਸੋਹਣੀ ਸ਼ਾਇਰੀ ਸੁਣਾ ਦੇ, ਮੈਨੂੰ ਕਿਸੇ ਨੇ ਕਿਹਾ ਕਿ ਆਪਣੀ ਲਿਖੀ ਸਭ ਤੋਂ ਸੋਹਣੀ ਸ਼ਾਇਰੀ ਸੁਣਾ ਦੇ, ਮੈਂ ਤੇਰਾ ਨਾਂ ਲੈ ਕੇ ਚੁੱਪ ਕਰ ਗਿਆ। ਇਹ ਖਤਮ, ਉਹ ਕੁੜੀ ਦੀ ਗੱਲ ਆ ਵੀ, ਬਸ ਕਹਿੰਦਾ ਮੈਂ ਤੇਰਾ ਨਾਂ ਲੈ ਕੇ ਚੁੱਪ ਕਰ ਗਿਆ। ਦਿਨ ਹੁਣ ਪੁਰਾਣੇ ਹੋ ਗਏ, ਮੂੰਹ ਤੇ ਉਹਦੇ ਦਾਣੇ ਹੋ ਗਏ, ਹਾਲੇ ਵੀ ਪਰ ਦਿਲ ਨੂੰ ਮੂੰਹ ਦੇ ਚਿੱਟੇ ਚਿੱਟੇ ਜਿਹੇ ਦੰਦ ਨੇ, ਦਿਲ ਦੀ ਇੱਕ ਕਾਲੀ ਕੁੜੀ ਨੂੰ ਸੂਟ ਹਾਲੇ ਵੀ ਕਾਲੀ ਪਸੰਦ ਦੇ। ਵਾਹ, ਇੱਕ ਏਦਾਂ ਸ਼ਾਇਰੀ, ਸ਼ਾਇਰੀ ਦਾ ਤਰੀਕ ਕਮਾਲ ਆ ਹਮੇਸ਼ਾ ਹੀ। ਆਪਾਂ ਲਵਰ ਚ ਵੀ ਬਹੁਤ ਚੀਜ਼ਾਂ ਉਹ ਕੀਤੀਆਂ ਨਾ, ਜਿਹੜਾ ਉਹ ਸਮਾਲਾ ਜਿਹੜੀ ਆਪਾਂ ਗੱਲਾਂ ਬਣਾਤੀਆਂ ਬਾਅਦ ਚ ਸ਼ਾਇਰੀ ਦੀਆਂ, ਤੇ ਸੱਚੀ ਸ਼ਾਇਰੀ ਕਰਿਆ ਕਰ ਯਾਰ ਤੂੰ। ਹੋਰ ਕਿਤਾਬ, ਤੂੰ ਕਿਤਾਬ ਲਿਖ ਰਿਹਾ ਵੈਸੇ, ਮੈਨੂੰ ਦੱਸਿਆ ਤੂੰ। ਬਾਕੀ ਸਤਵੀਰ ਦੀ ਮਿਲਾ ਜਲਦੀ ਕਿਤਾਬ ਵੀ ਆਉਣੀ ਆ, ਮੈਂ ਚੱਕ ਰਿਹਾ ਜੀ ਕਿਤਾਬਾਂ ਵੱਡੀਆਂ, ਫਿਲਮ ਵੀ ਲਿਖ ਦੇਣੀ ਆ, ਕੱਲੀ ਸ਼ਾਇਰੀ ਦੀ ਉਹ। ਬਾਕੀ ਇੱਕ ਚੀਜ਼ ਮੈਂ ਹੋਰ ਹਲਕਾ ਜਿਹਾ ਹਿੰਟ ਦੇਣਾ, ਬਾਕੀ ਕੰਮ ਕਰੀ ਜਾ ਰਿਹਾ ਸਤਵੀਰ ਜੀ ਆਪਣਾ ਇੱਕ ਸੀਰੀਜ਼ ਤੇ, ਵੈਬ ਸੀਰੀਜ਼ ਤੇ, ਤੇ ਗੁੱਡ ਲੱਕ ਆ ਭਰਾ ਨੂੰ ਯਾਰ, ਵਧੀਆ ਮਿਹਨਤ ਕਰ ਰਿਹਾ ਉਹਦੇ ਲਈ, ਤੇ ਬਾਕੀ ਜਲਦੀ ਉਹਦੀ ਵੀ ਅਪਡੇਟ ਦੇਵਾਂਗੇ। ਠੀਕ ਹੈ ਠੀਕ ਹੈ ਠੀਕ ਹੈ, ਨਹੀਂ ਪਹਿਲਾਂ ਤਾਂ ਤੁਫੰਗ ਆ, ਤੁਫੰਗ ਤੋਂ ਬਾਅਦ ਨੇ ਸਾਰੀ ਚੀਜ਼ਾਂ। ਹਾਂ ਤੁਫੰਗ ਤੋਂ ਬਾਅਦ ਨਾਲ ਹੀ ਸ਼ੁਰੂ ਕਰ ਚਲੀ ਜਾਣਾ ਕੰਮ ਵਿੱਚ, ਤੇ ਚਲੋ ਥੈਂਕ ਯੂ ਸੋ ਮਚ। 21 ਜੁਲਾਈ ਨੂੰ ਮੂਵੀ ਆ ਜਾਣੀ, ਤੇ ਸਾਰੇ ਜਾਣੇ ਜ਼ਰੂਰ ਦੇਖਣ ਜਾਇਓ ਆਪਣੇ ਯਾਰਾਂ ਮਿੱਤਰਾਂ ਨਾਲ, ਫੈਮਿਲੀ ਨਾਲ, ਤੇ ਬਹੁਤ ਹੀ ਡਿਫਰੈਂਟ ਕਨਸੈਪਟ ਆ ਆਪਣੀ ਪੰਜਾਬੀ ਮੂਵੀ 'ਚ, ਤੁਹਾਨੂੰ ਲੈਵਲ ਵੀ ਕੁਛ ਅਲੱਗ ਦਿਖੂਗਾ, ਤੇ ਹਰ ਇੱਕ ਚੀਜ਼ ਨੂੰ ਸਾਰੇ ਬੰਦਿਆਂ ਨੇ ਯਾਰ ਦਿਲੋਂ ਨਿਭਾਉਣ ਦੀ ਕੋਸ਼ਿਸ਼ ਕੀਤੀ ਆ। ਬਾਕੀ ਅਸੀਂ ਸੈਟੀਸਫਾਈ ਆ ਸਾਡੀ ਮੂਵੀ ਤੋਂ, ਜੋ ਅਸੀਂ ਚਾਹੁੰਦੇ ਸੀ, ਜੋ ਬਣਾਉਣਾ ਚਾਹੁੰਦੇ ਸੀ ਉਹ ਬਣ ਗਈ ਆ। ਬਾਕੀ ਥੋੜਾ ਬਹੁਤ ਕੰਮ ਰਹਿੰਦਾ, ਉਹ ਚੱਲੀ ਜਾਂਦਾ। ਬਾਕੀ ਜਲਦੀ ਜਲਦੀ ਸਾਰੀਆਂ ਚੀਜ਼ਾਂ ਦੀ ਅਪਡੇਟ ਦਿੰਦੇ ਹਾਂ, ਕਦੋਂ ਟ੍ਰੇਲਰ ਆ ਰਿਹਾ, ਕਦੋਂ ਅਗਲੇ ਗਾਣੇ ਆ ਰਿਹਾ, ਤੇ ਬਾਕੀ ਕੱਲ ਨੂੰ ਪਹਿਲਾ ਗਾਣਾ ਰਿਲੀਜ਼ ਹੋ ਜਾਣਾ ਆਪਣੇ ਕਰਨੇ ਦੀ ਆਵਾਜ਼ ਚ, ਤੇ ਉਹ ਚ ਇੱਕ ਅੱਧੀ ਲੁੱਕ ਤੁਹਾਨੂੰ ਹੋਰ ਵੇਖਣ ਨੂੰ ਮਿਲੂਗੀ ਮੇਰੀ, ਤੇ ਹੋਰ ਕੁਛ ਨਵਾਂ ਕੁਛ ਨੀ। ਬਾਕੀ 21 ਜੁਲਾਈ ਨੂੰ ਮੈਂ ਮੇਰੇ ਗਾਣਿਆਂ ਬਾਰੇ ਸਾਰੇ ਬੜੀਆਂ ਗੱਲਾਂ ਕਰੀਆਂ, ਬਾਕੀ ਗਾਣੇ ਆਪਾਂ ਮੂਵੀ ਤੋਂ ਬਾਅਦ ਕਰਾਂਗੇ। ਨਹੀਂ ਮੈਂ ਜਿਹੜੇ ਬਣਾਉਂਗਾ 4-5 ਗਾਣੇ ਵੀਰੇ ਨੂੰ, ਮੈਂ ਕਹਿ ਕੇ ਹਟਿਆ ਹੋਣੀ ਥੋੜੇ ਕਿ ਦਿਨ ਪਹਿਲਾਂ। ਹਾਂ ਹਾਂ ਸਾਡੀ ਵੀ ਤੁਸੀਂ ਕਲੈਬੋਰੇਸ਼ਨ ਦੇਖੋਗੇ ਛੇਤੀ, ਬਹੁਤ ਜਲਦੀ। ਬਾਕੀ ਉਹ ਵੀ ਆਪਾਂ ਨਾਲ ਨਾਲ ਕਰੀ ਜਾਣੇ ਹੁਣ ਉਹ ਵੀ ਕੰਮ ਵੀ, ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ। ਤੇ ਤੁਸੀਂ ਜਿਨ੍ਹਾਂ ਨੇ ਟੀਜ਼ਰ ਨਹੀਂ ਵੇਖਿਆ, ਟੀਜ਼ਰ ਜ਼ਰੂਰ ਜਾ ਕੇ ਵੇਖਿਓ। ਬਾਕੀ ਥੀਏਟਰ 'ਚ ਵੀ ਮੂਵੀ ਦੇ ਅੱਗੇ ਆਪਾਂ ਚਲਾ ਤਾ ਵੈਸੇ, ਜਿਹਨੇ ਦੇਖਿਆ ਤਾਂ ਤੁਸੀਂ ਟੈਗ ਕਰਕੇ ਜ਼ਰੂਰ ਭੇਜਿਆ ਕਰੋ ਜਿਹੜਾ ਵੇਖਦਾ, ਤੇ ਜਿਹਨੇ ਨਹੀਂ ਵੇਖਿਆ ਜਾ ਕੇ ਵੇਖੋ, ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਕਿਵੇਂ ਲੱਗਿਆ, ਤੇ ਨਵੀਂ ਲੁੱਕ ਕਿਵੇਂ ਲੱਗ ਰਹੀ ਆ। ਥੈਂਕ ਯੂ ਸੋ ਮਚ ਸਤਵੀਰ ਜੀ, ਤੁਹਾਡਾ ਸਾਡੇ ਨਾਲ ਲਾਈਵ ਆਉਣ ਲਈ ਧੰਨਵਾਦ। ਹਾਂ ਅਸੀਂ ਤੁਹਾਡੇ ਦਿਲ ਦੀ ਗਰਾਈਆਂ ਤੋਂ ਸ਼ੁਕਰੀਆ ਕਰਦੇ ਹਾਂ, ਤੇ ਦੁਬਾਰਾ ਤੁਹਾਡੇ ਨਾਲ ਅਸੀਂ ਲਾਈਵ ਆਏ ਤਾਂ ਬਹੁਤ ਬਹੁਤ ਸ਼ੁਕਰੀਆ। ਠੀਕ ਹੈ ਜੀ, ਥੈਂਕ ਯੂ ਸੋ ਮਚ। ਓਕੇ ਜੀ, ਥੈਂਕ ਯੂ ਸੋ ਮਚ। ਬਾਕੀ ਯਾਰ ਸਾਰੇ ਜਣੇ ਸ਼ੇਅਰ ਕਰਦੇ ਕਰੋ ਜਿਹੜੇ ਦੇਖਦੇ ਹੁੰਦੇ ਹੋ, ਤੇ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਵੀ ਹਾਂ। ਬਾਕੀ ਕਮੈਂਟ ਕਮੁੰਟ ਕਰਕੇ ਦੱਸ ਦਿਆ ਕਰੋ ਕਿਵੇਂ ਲੱਗਿਆ ਨਾ। ਥੈਂਕ ਯੂ ਸੋ ਮਚ ਯਾਰ ਸਾਰਿਆਂ ਦਾ, ਲਵ ਯੂ, ਤੇ ਜਲਦੀ ਅਪਡੇਟ ਦੇਵਾਂਗੇ ਅਗਲੀਆਂ ਚੀਜ਼ਾਂ ਦੀ। ਥੈਂਕ ਯੂ ਸੋ ਮਚ ਗਾਈ, ਲਵ ਯੂ, ਬਾਏ ਬਾਏ, ਬਾਏ ਬਾਏ ਜੀ।